ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸ਼ਾਲੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਕਰਨ ਔਜਲਾ ਦੇ ਬਾਰੇ। ਕਰਨ ਔਜਲਾ ਦੀ ਗੱਲ ਕੀਤੀ ਜਾਵੇ ਤਾਂ ਕਰਨ ਔਜਲਾ ਨੂੰ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਪਰ ਹੁਣ ਸਿਰਫ ਪੰਜਾਬ ਹੀ ਨਹੀਂ ਬਲਕਿ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਜੀ ਹਾਂ, ਪਾਕਿਸਤਾਨ ਦੀ ਗੱਲ ਕਰੀਏ ਤਾਂ ਕਿੰਨੇ ਹੀ ਪਾਕਿਸਤਾਨੀ ਇਹੋ ਜਿਹੇ ਨੇ ਜੋ ਸਾਡੇ ਪੰਜਾਬ ਦੇ ਕਾਫੀ ਸਿੰਗਰਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲਾ ਦੇ ਵੀ ਪਾਕਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਕੱਟੜ ਫੈਨਸ ਨੇ, ਅਤੇ ਇਹੀ ਕਾਰਨ ਰਿਹਾ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਬਰਥਡੇ ਸੀ ਤਾਂ ਬਹੁਤ ਜ਼ਿਆਦਾ ਪਾਕਿਸਤਾਨੀ ਲੋਕਾਂ ਨੇ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕੀਤਾ, ਅਤੇ ਇਹ ਇੱਕ ਵੱਖਰਾ ਹੀ ਰਿਕਾਰਡ ਬਣ ਗਿਆ ਸੀ। ਯਾਨੀ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਫੈਨਸ ਨੇ, ਅਤੇ ਹੁਣ ਇਹ ਰਿਕਾਰਡ ਹੁਣ ਕਰਨ ਔਜਲਾ ਦਾ ਵੀ ਬਣਦਾ ਹੋਇਆ ਨਜ਼ਰ ਆ ਰਿਹਾ। ਜੀ ਹਾਂ, ਕਰਨ ਔਜਲਾ ਦੇ ਕਾਫੀ ਜ਼ਿਆਦਾ ਫੈਨਸ ਨਜ਼ਰ ਆ ਰਹੇ ਨੇ ਪਾਕਿਸਤਾਨ ਦੇ ਵਿੱਚ, ਅਤੇ ਉਹਨਾਂ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੁੰਦੀਆਂ ਜਾ ਰਹੀਆਂ ਨੇ, ਜਿਨ੍ਹਾਂ ਵੀਡੀਓਜ਼ ਦੇ ਵਿੱਚ ਉਹ ਕਰਨ ਔਜਲਾ ਦੇ ਗੀਤ ਗਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ। ਅਤੇ ਇਹੋ ਜਿਹੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜੋ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਹੈ ਵੀਡੀਓ। ਕਿਆ ਬਾਤ ਹੈ ਵੇ ਜੱਟਾ, ਕਿਆ ਬਾਤ ਹੈ, ਕੱਲ ਦੱਸੀ ਕੀ ਦੇ ਨਾ ਬਿਤਾਈ ਰਾਤ ਹੈ, ਕਿਆ ਬਾਤ ਹੈ ਵੇ ਜੱਟਾ, ਕਿਆ ਕਿੰਨਾ ਚਿਰ ਬੇੜੀ ਨੂੰ ਚਲਾਏਗਾ, ਕਦੇ ਤਾਂ ਕਿਨਾਰੇ ਉੱਤੇ ਆਏਗਾ, ਪਾਣੀ ਨਾ ਮਾਣ ਕਰ ਸੋਹਣਿਆ, ਕਦੇ ਨਾ ਕਦੇ ਤਾਂ ਧੋਖਾ ਖਾਏਗਾ। ਇਹ ਵੀਡੀਓ ਹੈ ਪਾਕਿਸਤਾਨ ਦੇ ਵਿੱਚ ਜਿੱਥੇ ਕਰਨ ਔਜਲਾ ਦੇ ਗੀਤ ਗਾਏ ਜਾ ਰਹੇ ਨੇ। ਯਾਨੀ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਕਰਨ ਔਜਲਾ ਦੀ ਫੈਨ ਫੋਲੋਇੰਗ ਵੀ ਪਾਕਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਹੈ। ਬਾਕੀ ਕਰਨ ਔਜਲਾ ਦੇ ਫੈਨਸ ਕੀ ਕਹਿਣਾ ਚਾਹੁੰਦੇ ਨੇ ਕਰਨ ਔਜਲਾ ਨੂੰ ਲੈ ਕੇ, ਆਪਣੇ ਸੁਝਾਅ ਕਰਨ ਔਜਲਾ ਦੇ ਲਈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ। ਅਤੇ ਹੁਣ ਮੈਂ ਚੱਲਦੀ ਹਾਂ, ਅਗਲੀ ਵਾਰ ਆਵਾਂਗੀ ਇੱਕ ਹੋਰ ਨਵੀਂ ਨਿਊਜ਼ ਦੇ ਨਾਲ। ਉਸਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ।